ਯਾਰ ਲੰਮੇ ਕਾ ਤੇਰਾ ਫਾਇਦਾ ਬਹੁਤ ਇੱਥੇ ਲਿਆ ਕੇ ਲਾ ਦੇ ਚਾਰ ਬੰਦੇ ਖੜਾ ਲਾ ਬਰਾਬਰ 1800 ਕਰਕੇ ਤੋੜ ਲਾ ਯਾਰ ਉਹ ਤਾਂ ਲੈ ਬਾਈ ਯਾਰ ਜਦੋਂ 2000 ਕਰਦੇ 2000 ਇਹਦਾ ਕਰਦੇ ਜਿੰਨਾ ਮਰਜ਼ੀਗਾ ਚੱਕਰ ਸਾਨੂੰ ਕੋਈ ਚੱਕਰ ਨਹੀਂ ਨਾ ਤੇਲ ਦਾ ਚੱਕਰ ਜੱਟਾਂ ਤੇਲ ਦਾ ਚੱਕਰ ਤੇਲ ਜਿੰਨਾ ਮਰਜ਼ੀ ਖਾਈ ਜਾਵੇ ਖਾ ਲਾਉਣੇ ਆ ਫੇਰ ਹੀ ਸਵਾਦ ਆਉਣਾ ਸਾਡੇ ਪਿੰਡਾਂ 'ਚ ਕੋਈ ਪਰਵਾਹ ਹੈ ਨਹੀਂ ਆ ਤਿੰਨਾ ਪਿੰਡਾਂ 'ਚ ਪਲਾਈ ਹੈ ਨਹੀਂ ਸਾਡੇ ਪਿੰਡਾਂ 'ਚ ਪਲਾਉ ਤਾਂ ਇਹ ਕੀਰਾਂ ਨਾਲੇ ਖਾ ਲਾਉਣੇ ਆ ਖਾ ਬਰਾਬਰ ਤੇ ਲਾਓ ਸਵਾਦ ਫੇਰ ਆਉਣਾ ਉਹ ਕੀ ਸਾਡੇ ਕੱਟੇ ਜਾਂਦਾ ਯਾਰ ਚਾਰ ਜਣੇ ਪਾਓ ਖਾਣਾ ਤੇ ਚਾਰ ਅਸੀਂ ਪਾਉਂਦੇ ਆ ਪੈਣਾ ਥੱਲੇ ਲਾ ਦਿਓ ਸਵਾਦ ਫੇਰ ਆ ਜਿਹੜਾ ਮਰਜ਼ੀ ਆ ਜੇ ਭਾਈ ਸਿੱਧੀ ਗੱਲ ਆ ਮੈਂਸੀ ਜਵੈਲ ਕੋ ਟਾਊਨ ਹੋ ਗਿਆ ਜੇ ਪਾਵਰ ਹੈਗੀ ਤੇ ਇੱਥੇ ਲਾ ਦੋ ਜੇ ਨਹੀਂ ਪਾਵਰ ਤਾਂ ਲੈ ਜਾ ਫਿਰ ਫਾਇਦਾ ਕੀ ਜੇ ਧੁੱਪੇ ਮਾਰਦਾ ਓ ਵੈਲ ਜੇ ਪਾਓ ਜਾਨ ਦਿਖਾਉਂਦੇ ਆ ਐਂ ਖੜਦਾ ਭਾਈ ਕੋਈ ਫਾਇਦਾ ਨਹੀਂ ਆ ਜਾ ਇੱਥੇ ਦਿਓ ਲੱਗਦਾ ਇੱਥੇ ਕੀ ਫਾਇਦਾ ਯਾਰ ਉਹ ਲਿਆ ਲੰਮੇ ਕੇ ਇੱਧਰ ਲਿਆ ਹਾਲੈਂਡ 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 ਲਿਆ ਹਾਲੈਂਡ ਚਾਹੇ ਕਿੰਨੇ ਨੰਬਰ ਥੱਲੇ ਕਰਦੇ ਲੱਗਦਾ ਉਹ ਹਾਲੈਂਡ ਹਾਲੈਂਡ ਤੇ ਮੈਂਸੀ ਦਾ ਭਾਈ ਮੁਕਾਬਲਾ ਸਿੱਧੀ ਗੱਲ ਹਾਲੈਂਡ ਵਾਲੇ ਮੈਂਸੀ ਨੂੰ ਖੁੱਡੇ ਲਾਈ ਰੱਖੇ ਆ ਮੈਂਸੀ ਵਾਲੇ ਬੋਲਦੇ ਕੋ ਨਹੀਂ ਡੈਮੋ ਆਏ ਸੀ ਇਹੋ ਜਿਹੇ ਡੈਮੋ ਤੋਂ ਕੀ ਨਾ ਧੁੱਪੇ ਮਰ ਕੇ ਹੁਣ ਸਵਾਦ ਤਾਂ ਆਉਂਦਾ ਨਹੀਂ ਬਰਾਬਰ ਤੇ ਹਾਲ ਲਓ ਸਵਾਦ ਫੇਰ ਆਉਣਾ ਤਾਂ ਭਾਈ ਟੋਜਣ ਵਾਲਾ ਆਡਾ ਭਾਈ ਬਰਾਬਰ ਤੋਰੋ ਬਰਾਬਰ ਉੱਥੇ ਲਿਆ 1800 ਚੱਕਰ ਕਰਕੇ ਤੋਰੋ ਆਜੋ ਬੰਦੇ ਪੋਨੇ ਚਾੜੋ ਬਰਾਬਰ ਚਾੜੋ ਉੱਥੇ ਤੋਰੋ ਆ ਹੋਲੈਂਡ ਆਈ ਇਹ ਅਸੀਂ ਮੈਸੀ ਨਾਲ ਤੋਰਨਾ ਹੁਣ ਹਾਲਾਤ ਆ ਗਿਆ ਮੈਸੀ ਵੀਰੇ ਜਿਹੜਾ ਡੈਮੋ ਆ ਮੈਸੀ ਡੈਮੋ ਆ ਗਿਆ ਵੀਰੇ ਆ ਦੇਖੋ ਹੁਣ ਇਹ ਹੋਲੈਂਡ ਦਾ ਤੋਰਾਂਗੇ ਅਸੀਂ ਵੀਰੇ ਉਹ ਲੈਟ ਬੰਦ ਆ ਹੋਏ ਤੂੰ ਥੱਲੇ ਜਹਾਲ ਨਹੀਂ ਜਾਣੀ ਬਈ ਡੈਮੋ ਆ ਤੁਹਾਡਾ ਡੈਮੋ ਐ ਨੀ ਬਈ ਖਾਦਾ ਉਹ ਵੇਖੋ ਜਾਂਦਾ ਹਾਲੜ ਬਈ ਬਰੋਕਰ ਗੱਡੀ ਕਿੰਨੀ ਮੈਨੂੰ ਸਾਡਾ ਬਾਈ ਨੂੰ ਕੀ ਕਹਿਣਾ ਵਾ ਇਹਨਾਂ ਦਾ ਇੱਕ ਹੋਰ ਹੋ ਜਾਂਦਾ ਦੋਨੋਂ ਲੀਵਰ ਥੱਲੇ ਕਰ ਲੋ ਚਾਚਾ ਉਹਦੇ ਮਗਰ ਪਾਉਂਦਾ ਉਹਦੇ ਮਗਰ ਪਾਉਂਦਾ ਵੇਖਦੀ ਹੈ